ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅੱਜ ਜਦੋਂ 200 ਦਿਨ ਮੋਰਚੇ ਦਾ ਪੂਰਾ ਹੋਇਆ, ਤੁਸੀਂ ਅੱਜ ਇੱਥੇ ਖਲੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲੋਕਾਂ ਦੇ ਇਕੱਠ ਦੇਖੇ ਨੇ, ਰਿਕਾਰਡ ਟੁੱਟਿਆ। ਹੁਣੇ ਪ੍ਰੈਸ ਦੇ ਨਾਲ ਗੱਲਬਾਤ ਹੋ ਰਹੀ ਸੀ, ਪ੍ਰੈਸ ਨੇ ਗੱਲਬਾਤ ਦੇ ਵਿੱਚੋਂ ਪ੍ਰੈਸ ਇਹ ਮੰਨ ਰਹੀ ਹੈ ਕਿ 13 ਫਰਵਰੀ ਨੂੰ ਜਿੰਨਾ ਇਕੱਠ ਸੀ ਉਸ ਨਾਲੋਂ ਕਈ ਗੁਣਾ ਅੱਜ ਜ਼ਿਆਦਾ ਇਕੱਠ ਸੀ। ਇਹਦਾ ਮਤਲਬ ਲੋਕ ਅੰਦੋਲਨ ਦੇ ਨਾਲ ਜੁੜੇ ਹੋਏ ਨੇ, ਲੋਕ ਅੰਦੋਲਨ ਤੋਂ ਦੂਰ ਨਹੀਂ ਹੈ। ਤੇ ਉਸ ਤੋਂ ਵੀ ਅਗਲੀ ਗੱਲ ਕਿ ਲੋਕਾਂ ਦੇ ਇਸ ਇਕੱਠ ਵੱਧਦੇ ਇਕੱਠ ਨੂੰ ਵੇਖ ਕੇ ਸੰਗਤਾਂ, ਪਿੰਡਾਂ ਦੀਆਂ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਆ ਰਿਹਾ, ਅੱਜ ਸਾਡੇ ਇੱਥੇ ਨਾਲ ਦੀ ਨਾਲ ਜਿੱਥੇ ਵੱਡੀ ਮਾਤਰਾ ਦੇ ਸੰਗਤ ਨੂੰ ਲੈ ਕੇ ਆਏ ਨੇ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਆਗੂ ਸਾਹਿਬਾਨ, ਉੱਥੇ ਨਾਲ ਦੀ ਨਾਲ ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਮੁਰਾਦ ਵਾਲਾ ਦਲ ਸਿੰਘ, ਔਰ ਉਸ ਪਿੰਡ ਦੇ ਵੱਲੋਂ ਅੱਜ ਇੱਥੇ ਲੰਗਰਾਂ ਦੀ ਸੇਵਾ ਲਈ ਆਹ ਮਗਰਲੇ ਪਾਸੇ ਇੱਕ ਟਰਾਲੀ ਭਰ ਕੇ ਕਣਕ ਦੀ ਭੇਜੀ ਗਈ ਹੈ। ਲਗਭਗ 70 ਕਮਣ ਕਣਕ ਜੋ ਇਹਨਾਂ ਨੇ ਪਿੰਡ ਦੇ ਵਿੱਚੋਂ ਇਕੱਠੀ ਕੀਤੀ ਦੱਸੀ ਹੈ, ਇਹ 70 ਮਣ ਕਣਕ ਇਕੱਠੀ ਕਰਕੇ ਅਸੀਂ ਇਕੱਲੇ ਇੱਕ ਪਿੰਡ ਚੋਂ ਲੈ ਕੇ ਆਏ ਨੇ, ਔਰ ਇਹ ਜਿਹੜੀ ਕਣਕ ਇੱਥੇ ਆਈ ਹੈ ਦੋਸਤੋ, ਇਹ ਇੱਥੇ ਲੰਗਰਾਂ ਦੀ ਸੇਵਾ ਆਪਾਂ, ਕਿਉਂਕਿ ਗਿਣਤੀ ਆਏ ਦਿਨ ਵੱਧ ਰਹੀ ਹੈ, ਜਿੰਨੀ ਗਿਣਤੀ ਵਧਣੀ ਹੈ ਉਹਨਾਂ ਇੱਥੇ ਸਾਡੀ ਆਟੇ ਦੀ ਖਪਤ, ਆਟੇ ਦਾ ਖਰਚਾ ਵਧਣਾ, ਕਣਕ ਦੇ ਨਾਲ ਨਾਲ ਹੋਰ ਚੀਜ਼ਾਂ ਜਿਹੜੀਆਂ ਦੀ ਲੋੜ ਹੈ, ਜਿਵੇਂ ਖੰਡ ਦੀ ਲੋੜ ਪੈਂਦੀ ਹੈ, ਪਿਆਜ਼ ਵਗੈਰਾ ਦੀ ਲੋੜ ਪੈਂਦੀ ਹੈ, ਦਾਲਾਂ ਦੀ ਲੋੜ ਪੈਂਦੀ ਹੈ, ਉਹ ਵੀ ਜਿੰਨੀ ਹੋ ਸਕੇ ਜਿਹੜੀਆਂ ਆਉਣ ਵਾਲੀਆਂ ਅਗਲੀਆਂ ਸੰਗਤਾਂ ਰਾਸ਼ਨ ਭੇਜਣ, ਉਹ ਇਹਨਾਂ ਗੱਲਾਂ ਦੇ ਉੱਤੇ ਵੀ ਧਿਆਨ ਦੇਣ, ਔਰ ਤਕੜੇ ਹੋ ਕੇ ਹਮਲਾ ਮਾਰੀਏ ਇਹ ਰਾਸ਼ਨ, ਕਿਉਂਕਿ ਮੋਰਚੇ ਹਮੇਸ਼ਾ ਜਦੋਂ ਆਪਾਂ ਅੱਗੇ ਦਿੱਲੀ ਬੈਠੇ ਸੀ, ਤੁਹਾਡੇ ਯਾਦ ਹੋਏਗਾ, ਆਪਾਂ ਲੈ ਕੇ ਗਏ ਸੀ 6-6-7-7 ਮਹੀਨਿਆਂ ਦਾ ਰਾਸ਼ਨ ਨਾਲ, ਉੱਥੇ ਆਪਾਂ ਨੂੰ ਰਾਸ਼ਨ ਦੀ ਘਾਟ ਮਹਿਸੂਸ ਇਸ ਕਰਕੇ ਨਹੀਂ ਹੋਣ ਦਿੱਤੀ ਸੀ ਕਿ ਹਰਿਆਣੇ ਦੇ ਲੋਕ ਉੱਥੋਂ ਆਪਾਂ ਨੂੰ ਸਾਰਾ ਕੁਛ ਲੈ ਕੇ ਆਉਂਦੇ ਸੀ। ਹੁਣ ਵੀ ਅੱਜ ਤੱਕ ਇਹਨਾਂ ਪਿੰਡਾਂ ਦੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਹੈ, ਬਹੁਤ ਲੰਗਰ ਲੋਕਾਂ ਨੂੰ, ਸੰਗਤਾਂ ਨੂੰ ਛਕਾਇਆ, ਲੇਕਿਨ ਦੋਸਤੋ ਭਾਵੇਂ ਕਿੰਨਾ ਵੀ ਹੋਵੇ ਸਾਡਾ ਫਰਜ਼ ਬਣਦਾ ਹੈ ਅਸੀਂ ਅਗਲੇ ਦੇ ਉੱਤੇ ਬੋਝ ਘਟਾਈਏ, ਉਸ ਬੋਝ ਨੂੰ ਘਟਾਉਣ ਵਾਸਤੇ ਇਹ ਰਾਸ਼ਨ ਆ ਰਿਹਾ, ਸਾਰੇ ਆਪਾਂ ਲੰਗਰਾਂ ਵਾਲਿਆਂ ਨੂੰ ਵਰਤਾਵਾਂਗੇ ਵੰਡ ਕੇ, ਤਾਂ ਕਿ ਸਾਰੇ ਲੰਗਰਾਂ ਦੇ ਵਿੱਚ ਇਹ ਰਾਸ਼ਨ ਵੰਡ ਕੇ ਦੇ ਕੇ ਉਹ ਉਹਨਾਂ ਨੂੰ, ਉਹਨਾਂ ਦਾ ਜਿਹੜਾ ਵਜਨ ਹੈ ਵੀਰਾਂ ਦਾ ਲੰਗਰ ਚਲਾਉਣ ਵਾਲਿਆਂ ਦਾ, ਉਹਨਾਂ ਦਾ ਥੋੜ੍ਹਾ ਬਹੁਤਾ ਵਜਨ ਘੱਟ ਸਕੇ। ਸੋ ਇਹ ਮੈਂ ਧੰਨਵਾਦੀ ਹਾਂ ਸਾਡੇ ਇਸ ਪਿੰਡ ਮੁਰਾਦਵਾਲਾ ਦੀ ਸੰਗਤ ਦਾ, ਔਰ ਇਸ ਸਮੁੱਚੇ ਜ਼ਿਲ੍ਹੇ ਦਾ ਜਿਹਨਾਂ ਨੇ ਉਪਰਾਲਾ ਕੀਤਾ ਇਹ ਲੈ ਕੇ ਆਉਣ ਦਾ। ਸੋ ਇਹ ਮੋਰਚੇ ਦੀ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਅੱਜ ਤੁਸੀਂ ਦੇਖਿਆ ਕਿੱਡੀ ਚੜ੍ਹਦੀ ਕਲਾ ਦੇ ਵਿੱਚ ਇਕੱਠ ਹੋਇਆ, ਇੱਥੇ ਉਸੇ ਤਰ੍ਹਾਂ ਮੋਰਚਾ ਚੜ੍ਹਦੀ ਕਲਾ 'ਚ ਹੈ, ਚੜ੍ਹਦੀ ਕਲਾ 'ਚ ਲੈ ਕੇ ਜਾਣਾ, ਬਹੁਤ ਛੇਤੀ ਵਾਹਿਗੁਰੂ ਕਿਰਪਾ ਕਰੇਗਾ, ਤੁਹਾਡੀ ਜਿੱਤ ਇਸੇ ਉਤਸ਼ਾਹ ਦੇ ਵਿੱਚੋਂ ਹੀ ਜਿੱਤ ਨੇ ਨਿਕਲਣਾ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।